ਵੈਸੇ ਤਾਂ ਪੰਜਾਬ ਦਾ ਹਰ ਇੱਕ ਸ਼ਹਿਰ ਹੀ ਬਹੁਤ ਖੂਬਸੂਰਤ ਹੈ, ਤੇ ਜੇ ਆਪਾਂ ਗੱਲ ਕਰੀਏ ਇੱਥੋਂ ਦੇ ਸ਼ਾਹੀ ਸ਼ਹਿਰਾਂ ਦੀ ਤਾਂ ਸਭ ਤੋਂ ਪਹਿਲੇ ਨਾਮ ਜੋ ਆਪਣੇ ਦਿਮਾਗ ਵਿੱਚ ਆਉਂਦੇ ਹਨ ਉਹ ਹੈ ਪਟਿਆਲਾ ਅਤੇ ਕਪੂਰਥਲਾ। ਤੇ ਦੋਸਤਾਂ ਮੈਂ ਤੁਹਾਨੂੰ ਦੱਸਦਾ, ਅੱਜ ਨਾ ਹੀ ਤਾਂ ਮੈਂ ਤੁਹਾਨੂੰ ਪਟਿਆਲੇ ਲੈ ਕੇ ਆਈ ਹਾਂ ਤੇ ਨਾ ਹੀ ਕਪੂਰਥਲੇ, ਮੈਂ ਤੁਹਾਨੂੰ ਲੈ ਕੇ ਆਈ ਹਾਂ ਇੱਕ ਬਹੁਤ ਹੀ ਖੂਬਸੂਰਤ ਅਤੇ ਸ਼ਾਹੀ ਸ਼ਹਿਰ ਜਿਸ ਦਾ ਨਾਮ ਹੈ ਫਰੀਦਕੋਟ। ਚੁੱਕੀ ਹਾਂ ਸ਼ਾਹੀ ਹਵੇਲੀ ਦੇ ਵਿੱਚ। ਜਿਵੇਂ ਕਿ ਨਾਮ ਦੇ ਨਾਲ ਨਾਲ ਤੁਸੀਂ ਵੇਖ ਸਕਦੇ ਹੋ ਇਹ ਬਿਲਡਿੰਗ ਕਾਫੀ ਹੀ ਹੈਰੀਟੇਜ ਵਿਊ ਦੇ ਰਿਹਾ ਹੈ। ਐਂਡ ਜੇ ਮੈਂ ਗੱਲ ਕਰਾਂ ਇੱਥੋਂ ਦੇ ਖਾਣ ਪੀਣ ਦੇ ਆਪਸ਼ਨਸ ਦੀ, ਤਾਂ ਗਾਇਸ ਇੱਥੇ ਰਿਪਬਲਿਕ ਆਫ ਚਿਕਨ ਹੈ, ਸਬਵੇ ਹੈ ਐਂਡ ਰੋਡ ਸਾਈਡ ਈਟਿੰਗ ਜੁਆਇੰਟ ਹੈ ਜਿੱਥੇ ਆਪਾਂ ਨੂੰ ਖਾਣਾ ਬਹੁਤ ਹੀ ਹਾਈਜੀਨਿਕ ਵੇ ਨਾਲ ਪ੍ਰਪੇਅਰਡ ਮਿਲਦਾ। ਐਂਡ ਅਗਰ ਤੁਸੀਂ ਪਲਾਨ ਕਰ ਰਹੇ ਹੋ ਆਪਣੇ ਫੈਮਿਲੀ ਦੇ ਨਾਲ ਆਉਣ ਦੀ, ਤਾਂ ਇਹ ਜਗ੍ਹਾ ਬਹੁਤ ਹੀ ਸਪੇਸ਼ੀਅਸ ਹੈ ਐਂਡ ਇੱਥੇ ਬੱਚਿਆਂ ਲਈ ਸਵਿੰਗਸ ਨੇ। ਸ਼ਾਹੀ ਹਵੇਲੀ ਦੇ ਫਰੰਟ ਡੈਸਕ 'ਤੇ ਐਂਡ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਤਾਂ ਦੀ ਕਲੀਨਨੈਸ ਨੂੰ ਕਾਫੀ ਹੀ ਮੇਨਟੇਨ ਕੀਤਾ ਗਿਆ ਹੈ। ਐਂਡ ਅਗਰ ਮੈਂ ਗੱਲ ਕਰਾਂ ਰੂਮਸ ਦੀ, ਤਾਂ ਸਵੀਟ ਰੂਮ, ਐਗਜ਼ੀਕਿਊਟਿਵ ਰੂਮ, ਡਿਲਕਸ ਰੂਮ ਐਂਡ ਸੁਪਰ ਡਿਲਕਸ ਰੂਮ ਇੱਥੇ ਅਵੇਲੇਬਲ ਨੇ। ਹੋਟਲ ਸ਼ਾਹੀ ਹਵੇਲੀ ਦੇ ਫਸਟ ਫਲੋਰ 'ਤੇ, ਇਸੇ ਲੋਬੀ 'ਤੇ ਕਿਟੀ ਹਾਲ, ਵੀ ਆਈ ਪੀ ਹਾਲ ਅਤੇ ਉਹ ਤੋਂ ਨੈਕਸਟ ਹੀ ਰੈਸਟੋਰੈਂਟ ਹੈ। ਤਾਂ ਚਲੋ ਚੱਲਦੇ ਹਾਂ ਰੈਸਟੋਰੈਂਟ ਦੇ ਵਿੱਚ। ਰੈਸਟੋਰੈਂਟ ਐਂਡ ਗਾਇਸ ਰੈਸਟੋਰੈਂਟ ਦੇ ਨਾਮ ਤੋਂ ਹੀ ਮੈਨੂੰ ਬਹੁਤ ਭੁੱਖ ਲੱਗ ਜਾਂਦੀ ਹੈ, ਸੋ ਮੈਂ ਕਰਦੀ ਹਾਂ ਕੁਛ ਆਰਡਰ। ਮੈਂ ਆਰਡਰ ਕਰਨ ਲੱਗੀ ਹਾਂ ਪਨੀਰ ਬਦਾਮੀ ਟਿੱਕਾ ਐਂਡ ਤੰਦੂਰੀ ਮਸਾਲਾ ਚਾਪ। ਵੈਸੇ ਤਾਂ ਮੇਰੀ ਖੁਦ ਦੀਆਂ ਕੁਕਿੰਗ ਸਕਿੱਲਸ ਇੰਨੀ ਅੱਛੀ ਨਹੀਂ ਹੈਗੀ, ਬਟ ਜਿੰਨਾ ਟਾਈਮ ਫੂਡ ਪ੍ਰਿਪੇਅਰ ਹੋ ਰਿਹਾ ਹੈ, ਲੈਟਸ ਚੈੱਕ ਦੇਅਰ ਕਿਚਨ ਹਾਈਜੀਨ। ਪਨੀਰ ਬਦਾਮੀ ਟਿੱਕਾ, ਲੈਟਸ ਟਰਾਈ। ਪਨੀਰ ਇਜ਼ ਵੈਰੀ ਸੌਫਟ, ਇੰਨਾ ਜ਼ਿਆਦਾ ਸੌਫਟ ਹੈ, ਬਸ ਮੂੰਹ 'ਚ ਜਾ ਕੇ ਮੈਲਟ ਹੀ ਹੋ ਗਿਆ ਡਾਇਰੈਕਟ। ਯਮੀ। ਹੁਣ ਮੈਂ ਟਰਾਈ ਕਰ ਰਹੀ ਹਾਂ ਤੰਦੂਰੀ ਮਸਾਲਾ ਚਾਪ। ਇਹ ਬਹੁਤ ਹੀ ਜ਼ਿਆਦਾ ਟੇਸਟੀ ਹੈ, ਅਗਰ ਤੁਸੀਂ ਆਪਣੀ ਫੈਮਿਲੀ ਨਾਲ ਇੱਥੇ ਵਿਜ਼ਿਟ ਕਰ ਰਹੇ ਹੋ ਤਾਂ ਯੂ ਮਸਟ ਟਰਾਈ ਦੀਸ ਟੂ ਡਿਸ਼ਿਸ ਗਾਇਸ। ਇਸ ਟਾਈਮ
ਫੇਮਸ ਸੀ ਹੋਟਲ ਸ਼ਾਹੀ ਹਵੇਲੀ ਦੇ ਸ਼ਾਹੀ ਬਾਰ ਦੇ ਵਿੱਚ ਖੜੇ ਹਾਂ। ਸਾਡੇ ਕੋਲ ਇੱਥੇ ਨੈਸ਼ਨ ਇੰਟਰਨੈਸ਼ਨ ਹਾਰਡ ਡਰਿੰਕਸ ਨੇ ਹੈਗੀਆਂ, ਸਾਡੇ ਕੋਲ ਕੋਕਟੇਲਸ ਮੋਕਟੇਲਸ ਅਕੋਰਡਿੰਗ ਟੂ ਦੀ ਗੈਸਟ ਚੋਇਸ ਦੇ ਨਾਲ ਹੀ ਪ੍ਰੋਵਾਈਡ ਕਰਦੇ ਹਨ। ਅਤੇ ਸਾਡੇ ਕੋਲ ਇੱਥੇ ਡਰੋਟ ਬੀਅਰ ਵੀ ਅਵੇਲੇਬਲ, ਅਲੱਗ ਅਲੱਗ ਤਰ੍ਹਾਂ ਦੀ ਸਾਡੇ ਕੋਲ ਬੀਅਰ ਅਵੇਲੇਬਲ ਹੈ ਜਿਹਦੇ ਵਿੱਚ ਡੋਮੈਸਟਿਕ ਐਂਡ ਇੰਟਰਨੈਸ਼ਨਲ ਬੀਅਰਸ ਵੀ ਅਵੇਲੇਬਲ ਹਨ। ਕਿਉਂਕਿ ਗਾਈਸ ਇੱਥੇ ਇੰਨੀਆਂ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨੇ ਅੰਡਰ ਵਨ ਰੂਫ। ਇੱਥੇ ਰਿਪਬਲਿਕ ਆਫ ਚਿਕਨ ਹੈ, ਸਬਵੇ ਹੈ, VVIP ਹਾਲ ਹੈ, ਕਿਟੀ ਹਾਲ ਹੈ, ਬੈਂਕਟ ਹਾਲ ਹੈ ਐਂਡ ਵਾਟ ਨਾਟ। ਸੋ ਗਾਈਸ ਸਭ ਤੋਂ ਵਧੀਆ ਚੀਜ਼ ਜੋ ਇਸ ਜਗ੍ਹਾ ਨੂੰ ਬਹੁਤ ਹੀ ਯੂਨੀਕ ਬਣਾਉਂਦਾ ਹੈ ਉਹ ਹੈ ਇੱਥੋਂ ਦਾ ਬਜਟ ਫਰੈਂਡਲੀ ਹੋਣਾ। ਮੈਂ ਪਰਕਿੰਦਰ ਕੌਰ ਨੈਕਸਟ ਰਿਵਿਊ ਜਲਦੀ ਹੀ ਲੈ ਕੇ ਆਵਾਂਗੀ, ਉਹਨਾਂ ਟਾਈਮ ਮੈਨੂੰ ਤਾਂ ਇਜਾਜ਼ਤ, ਸਤਿ ਸ਼੍ਰੀ ਅਕਾਲ।